ਜਿਹੜੇ ਆਦੇ ਨਬੀ ਕੁਝ ਨੀ ਕਰ ਸਕਦੇ ਉਹ ਵੀ ਮੰਨੀ ਬੈਠੇ ਨੇ ਉਹਨਾਂ ਦਾ ਆਪਾਂ ਵੀ ਮੰਨੀ ਬੈਠੇ ਨਹੀਂ ਕਰ ਸਕਦੇ ਔਰ ਸੁਣੋ ਸੁਣੋ ਦਿਲ ਦੀਆਂ ਖਿੜਕੀਆਂ ਖੋਲ ਕੇ ਹਰ ਘਰ ਵਿੱਚ ਜੰਨਤ ਹੈ ਬੋਲੋ ਹਰ ਘਰ ਵਿੱਚ ਜੰਨਤ ਹੈ ਜਿਹੜੇ ਘਰ ਵਿੱਚ ਮਾਂ ਹੈ ਉਹ ਘਰ ਵਿੱਚ ਜੰਨਤ ਹਰ ਘਰ ਵਿੱਚ ਮਾਂ ਹੈ ਅਗਰ ਮਾਂ ਨਹੀਂ ਨਾ ਤੇ ਦੁਆ ਮੰਗਦੇ ਨੇ ਮੌਲਾ ਮੇਰੀ ਨੂੰਹ ਕੋ ਵੀ ਮਾਂ ਬਣਾ ਮੇਰੇ ਪੁੱਤਰ ਕੋ ਵੀ ਔਲਾਦ ਅਤਾ ਫਰਮਾ ਜਲੇ ਅੱਲਾ ਔਲਾਦ ਦੇ ਸੀ ਤੇ ਮਾਂ ਬਣਾ ਸੀ ਤੇ ਮਾਂ ਦੇ ਕਦਮਾਂ ਦੇ ਤਲੇ ਅੱਛਾ ਇੱਕ ਮਸਲਾ ਦੱਸੋ ਅੱਬੇ ਦਾ ਮਕਾਮ ਜ਼ਿਆਦਾ ਹੈ ਜਾਂ ਅੰਮਾ ਦਾ ਜੀ ਚਾਹੋ ਬਾਬੇ ਕਿਆ ਕਸੂਰ ਇੱਥੇ ਵੀ ਮਤਲਬ ਖਿਲਣ ਦੀ ਗੱਲ ਨਹੀਂ ਰੋਣ ਦਾ ਮਕਾਮ ਆਓ ਕੁਰਾਨ ਸੁਣੋ ਸੋਹਣੇ ਨਬੀ ਦਾ ਫਰਮਾਨ ਅਸਮਤ ਅੰਮਾ ਦੀ ਜ਼ਿਆਦਾ ਸ਼ਾਨ ਅੰਮਾ ਦੀ ਜ਼ਿਆਦਾ ਰੁਤਬਾ ਅੱਬੇ ਦਾ ਜ਼ਿਆਦਾ ਰੁਤਬਾ ਅੱਲਾ ਦਾ ਅੱਬੇ ਦਾ ਜ਼ਿਆਦਾ ਅੱਬੇ ਦਾ ਰੁਤਬਾ ਬਹੁਤ ਜ਼ਿਆਦਾ ਮੈਂ ਇੱਕ ਮਿਸਾਲ ਘਰ ਵਿੱਚ ਬੈਠੇ ਮਾਨੀ ਖਾ ਗਈ ਹੱਥ ਧੋਣ ਵਾਸਤੇ ਉੱਠਿਓ ਅਮਾ ਸੈਨ ਫਰਮਿੰਦਰ ਪੁੱਟਰ ਪਾਣੀ ਦੇ ਅਬਾ ਸਾਈਂ ਫਰਮਿੰਦਰ ਪੁੱਟਰ ਪਾਣੀ ਦੇ ਪਹਿਲੇ ਅੰਮਾ ਕੋ ਦੇਵੀ ਬਾਅਦ ਤੇ ਬਾਬੇ ਕਿਉਂਕਿ ਖਿਦਮਤ ਦਾ ਜ਼ਿਆਦਾ ਹੱਕ ਅੰਮਾ ਅੰਮਾ ਨੇ ਨੌਵਾਂ ਪੇਟ ਚ ਆਏ ਅੰਮਾ ਨੇ ਦੁੱਖ ਸਹਿ ਅੰਮਾ ਤਕਲੀਫਾਂ ਬਰਦਾਸ਼ਤ ਕੀਤੀਆਂ ਅੱਲਾ ਨਾ ਕਰੇ ਬਾਬੇ ਅੰਮਾ ਦੇ ਦਰਮਿਆਨ ਕੋਈ ਖੁਦਾ ਨਾ ਖਾਸਤਾ ਜੁਦਾਈ ਥੀ ਵਨੇ ਅੰਮਾ ਦਾ ਹੱਕ ਤੇਰੇ ਤੇ ਜ਼ਿਆਦਾ ਹੈ ਖਿਦਮਤ ਬਾਬਾ ਤਾਂ ਮਰਦ ਹੈ ਨਾ ਇਹ ਖਿਦਮਤ ਦੇ ਇਤਬਾਰ ਦੇ ਨਾਲ ਅਜ਼ਮਤ ਦੇ ਇਤਬਾਰ ਦੇ ਨਾਲ ਅੰਮਾ ਦਾ ਮਰਤਬਾ ਜ਼ਿਆਦਾ ਹੈ ਅੱਲਾਹ ਅਕਬਰ ਹੁਣ ਘਰ ਚ ਬੈਠੇ ਹੋ ਬਿਰਾ ਵੀ ਬੈਠਣ ਬੇੜਾ ਵੀ ਬੈਠੀਆਂ ਵਾਲਿਦ ਸਾਹਿਬ ਵੀ ਬੈਠੇ ਅੰਮਾ ਸੈਨ ਵੀ ਬੈਠੀ ਤਵੱਜੋ ਰਸੀਨੇ ਕੋ ਮਦੀਨਾ ਬਣਾ ਕੇ ਮੇਰੀ ਗੱਲ ਤਵੱਜੋ ਨਾਲ ਸੁਣੋ ਹੁਣ ਥੀ ਨਾ ਪਿਆ ਫੈਸਲਾ ਅੰਮਾ ਦੀ ਪੁੱਟ ਅਗਰ ਤੂੰ ਮੇਰਾ ਆਖਾ ਨਾ ਮੰਨਾ ਨਾ ਮੇਰਾ ਹੁਕਮ ਨਾ ਮੰਨਾ ਨਾ ਮੈਂ ਤੇ ਕੋ ਖੀਰ ਕੋ ਨਾ ਬਖਸ਼ੇ ਬੱਤਰੀ ਧਾਰਾ ਕੋ ਨਾ ਬਖਸ਼ੇ ਸਾ ਅੰਮਾ ਕੋਲ ਆਖਰੀ ਹਥਿਆਰ ਇਹ ਮੈਂ ਖੀਰ ਕੋ ਨਾ ਬਖਸ਼ੇ ਸਾ ਬਾਬਾ ਦਾ ਪੁੱਟਰ ਤੇਰੀ ਅੰਮਾ ਸੈਨ ਕੋ ਮੇਰੀ ਗੱਲ ਸਮਝ ਚ ਨਹੀਂ ਆਉਂਦੀ ਅਬਾ ਅਗਰ ਇਵੇਂ ਚੱਕ ਕਰੋ ਨਾ ਇਹਦੇ ਵਿੱਚ ਸਾਡੀ ਬਿਹਤਰੀ ਕੌਮ ਦੀ ਬਿਹਤਰੀ ਖਾਨਦਾਨ ਦੀ ਬਿਹਤਰੀ ਮੇਰਾ ਫੈਸਲਾ ਇਹ ਅਮਰ ਸੈਨਾ ਦੀ ਮੇਰਾ ਫੈਸਲਾ ਇਹ ਚਾਹੋ ਕੁਰਾਨ ਮਜੀਦ ਜਿੰਨੇ ਫੈਸਲੇ ਦਾ ਵਕਤ ਆਵੇ ਨਾ ਵਲ ਅੰਮਾ ਦੀ ਗੱਲ ਨਾ ਮੰਨ ਅੱਬੇ ਦਾ ਹੁਕਮ ਨਾ ਕਿਉਂ ਇਹ ਵੀ ਤਾਂ ਕੋਈ ਦੱਸਿਆ ਹੀ ਮੈਨੂੰ ਜਿਹੜੀ ਸਾਡੀ ਅੰਮਾ ਸੈਨ ਹੈ ਉਹ ਸਾਡੇ ਬਾਬੇ ਸਾਈਂ ਦੀ ਕਿਆ ਲੱਗਦੀ ਹੈ ਘਰ ਵਾਲੀ ਦੀ ਜੰਨਤ ਤੇ ਸ਼ੋਹਰ ਦੀ ਰਜ਼ਾ ਸ਼ੋਹਰ ਦੀ ਮਦੀਨੇ ਬਾਰੇ ਗੌਰ ਫਰਮਾ ਜਿਹੜਾ ਜਿਹੜਾ ਜਿਹੜੀ ਔਰਤ ਤੇ ਘਰ ਵਾਲਾ ਨਾਰਾਜ਼ ਹੋਵੇ ਉਹਦੀ ਕੋਈ ਇਬਾਦਤ ਕਬੂਲ ਨਹੀਂ ਜਿਹੜੀ ਔਲਾਦ ਤੇ ਵਾਲਿਦੈਨ ਨਾਰਾਜ਼ ਹੋਣ ਉਹਦੀ ਕੋਈ ਇਬਾਦਤ ਕਬੂਲ ਨਹੀਂ ਜਿਹੜੇ ਗੁਲਾਮ ਤੇ ਉਹਦਾ ਆਖਾ ਨਾਰਾਜ਼ ਹੋਵੇ ਉਹਦੀ ਕੋਈ ਇਬਾਦਤ ਕਬੂਲ ਨਹੀਂ ਸਾਡੀ ਅੰਮਾ ਹੈ ਪਰ ਸਾਡੇ ਅੱਬੇ ਦੀ ਘਰ ਵਾਲੀ ਕਿਆ ਹੈ ਔਰ ਹਦੀਸ ਸੁਣਾ ਦੇ ਮੈਂ ਤੱਕ ਗਾਲ ਚ ਮੀਆਂ ਫਜ਼ਲ ਨਾ ਵਨੇ ਚੌਸ ਉੱਚੀ ਆਵਾਜ਼ ਨਾਲ ਸੁਭਾਨ ਅੱਲਾਹੁ ਅਕਬਰ ਅੱਲਾਹੁ ਅਕਬਰ ਮਦੀਨਾ ਦਾ ਜਵਾਨ ਹੈ ਆਪਣੀ ਘਰ ਵਾਲੀ ਕੋ ਆਦਾ ਖਬਰਦਾਰ ਤੂੰ ਆਪਣੇ ਅੱਬੇ ਦੇ ਘਰ ਗਈ ਹੋ ਤੇ ਮੈਂ ਤੇਰੇ ਤੇ ਨਾਰਾਜ਼ ਹਾਂ ਤੂੰ ਨਹੀਂ ਮਾਈ ਸਕਦੀ ਇਜਾਜ਼ਤ ਕੋ ਨਹੀਂ ਇਹ ਉਹ ਗੱਲ ਹੀ ਕਰਨ ਦੇ ਜਿਹੜੇ ਜਾਹਿਲ ਹੋ ਪੜ੍ਹੇ ਲਿਖੇ ਨਹੀਂ ਕਰਦੇ ਉਹ ਆਦਨ ਸੌਰਾ ਸ਼ਰੀਫ ਵੀ ਵਾਲਿਦ ਹੈ
ਸੱਸ ਸਾਹਿਬ ਆ ਵੀ ਗੱਲ ਇੱਕ ਮਾਬਾ ਉਹ ਜਿਹੜਾ ਰੱਬ ਦਿੱਤਾ ਇੱਕ ਉਹ ਜਿਹੜਾ ਮਦੀਨੇ ਵਾਲੇ ਖੋਟ ਪਰ ਨੌਜਵਾਨ ਨੇ ਕਸਮ ਲਿੱਤੀ ਖਬਰਦਾਰ ਆਪਣੇ ਆਪੇ ਦੇ ਘਰ ਨਾ ਮੰਨੀ ਮੇਰੀ ਇਜਾਜ਼ਤ ਕੋਈ ਨਹੀਂ ਮਾਲੇ ਤਜਾਰਤ ਚਾਹਤਾ ਮਹੀਨਾ ਦੋ ਮਹੀਨੇ ਲੱਗ ਗਏ ਆਖਿਰ ਪੈਗਾਮ ਆਇਆ ਅਦੀ ਬਾਜੀ ਬਾਬਾ ਸਾਈਂ ਦੀ ਤਬੀਅਤ ਮੁਬਾਰਕ ਖਰਾਬ ਹੈ ਤੇ ਬਾਬਾ ਸਾਈਂ ਤੇ ਕੋ ਡਾਢਾ ਯਾਦ ਕਰੇ ਨੇ ਉਹ ਮਾਈ ਨੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਬਾਰਗਾਹ ਚ ਪੈਗਾਮ ਬਿਡਾ ਸੋਣਾ ਮੇਰੀ ਅੰਮਾ ਤੁਹਾਡੇ ਤੇ ਕੁਰਬਾਨ ਮੇਰਾ ਆਪਾ ਤੁਹਾਡੇ ਤੇ ਕੁਰਬਾਨ ਮੇਰੇ ਮੁੜਸ ਨੇ ਮੇਰੇ ਘਰ ਵਾਲੇ ਨੇ ਮੈਂ ਕੋ ਮਨਾ ਕੀਤਾ ਬਾਬਾ ਸਾਈਂ ਦੀ ਤਬੀਅਤ ਮੁਬਾਰਕ ਨਾ ਸਾਦੇ ਇਜਾਜ਼ਤ ਹੋਵੇ ਮੈਂ ਮੰਨਾ ਜਾਂ ਨਾ ਮੰਨਾ ਕਿ ਮੇਰੇ ਘਰ ਵਾਲੇ ਦੀ ਇਜਾਜ਼ਤ ਨਹੀਂ ਮੇਰੇ ਸ਼ੌਹਰ ਦੀ ਇਜਾਜ਼ਤ ਨਹੀਂ ਮਦੀਨੇ ਵਾਲੇ ਘੋਟ ਨੇ ਫਰਮਾਇਆ ਸ਼ੌਹਰ ਦੀ ਇਜਾਜ਼ਤ ਜ਼ਰੂਰੀ ਹੈ ਸ਼ੌਹਰ ਦੀ ਇਜਾਜ਼ਤ ਜ਼ਰੂਰੀ ਹੈ ਅੱਲਾਹੁ ਅਕਬਰ ਚੰਦ ਨੀ ਗੁਜ਼ਰੇ ਭਰਾਵਾਂ ਦਾ ਪੈਗਾਮ ਆਇਆ ਅੱਧੀ ਬਾਬਾ ਸਾਈਂ ਦੀ ਹਾਲਤ ਡਾਢੀ ਖਰਾਬ ਹੈ ਸਕਰਾਤ ਤੇ ਕੋ ਡਾਢਾ ਯਾਦ ਕਰੇ ਨੇ ਉਮਾਈ ਨੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਬਾਰਗਾਹ ਚ ਪੈਗਾਮ ਬੇਡਾ ਸੋਣਾ ਮੇਰੇ ਮੁੜਸ ਨੇ ਮੇਰੇ ਸ਼ੌਹਰ ਨੇ ਮਨਾ ਕੀਤਾ ਉਹਦੀ ਇਜਾਜ਼ਤ ਨਹੀਂ ਹੁਣ ਬਾਬਾ ਸਾਈਂ ਦੀ ਹਾਲਤ ਡਾਢੀ ਖਰਾਬ ਹੈ ਕਿਆ ਹੁਕਮ ਹੈ ਫਰਮਾਇ ਸ਼ੌਹਰ ਦੀ ਇਜਾਜ਼ਤ ਜ਼ਰੂਰੀ ਸ਼ੌਹਰ ਦੀ ਇਜਾਜ਼ਤ ਬਾਬਾ ਸਾਈਂ ਇੰਤਕਾਲ ਕਰ ਗਏ ਆਖੋ ਇਨਾ ਲਿਲਾਹੇ ਵਾ ਬਿਰਾਮਾ ਗੁਸਲ ਦਿੱਤਾ ਕਫਨ ਦਿੱਤਾ ਨਮਾਜ਼ ਜਨਾਜ਼ਾ ਪੜ੍ਹੀ ਬਾਬੇ ਸਾਈਂ ਦੀ ਮਈਅਤ ਚਾਹ ਕੇ ਦਰਵਾਜ਼ੇ ਤੇ ਰੱਖੀ ਬਾਜੀ ਅਦੀ ਹੁਣ ਬਾਬੇ ਸਾਈਂ ਦੀ ਆਖਰੀ ਸ਼ਕਲ ਤਾਂ ਦੇਖ ਗਈ ਨਾ ਦਰਵਾਜ਼ਾ ਖੋਲ ਚਾ ਉਹਨੇ ਆਖਿਆ ਪਹਿਲੇ ਮਦੀਨੇ ਵਾਲੇ ਘੋਟ ਕੋਲ ਇਜਾਜ਼ਤ ਅੱਲਾਹ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਫਰਮਾਇਆ ਸ਼ੌਹਰ ਦੀ ਇਜਾਜ਼ਤ ਜ਼ਰੂਰੀ ਤਵੱਜੋ ਸੋਹਣਾ ਤਵੱਜੋ ਮਾਈਆਂ ਇਕੱਠੀਆਂ ਥੀ ਗਈਆਂ ਅੱਜ ਕੱਲ੍ਹ ਜਿਹੜੀ ਮਗਰਬੀ ਤਹਿਜ਼ੀਬ ਜਾਫਤ ਹੈ ਨਾ ਉਹ ਆਦੀਆਂ ਨਾ ਘਰ ਵਾਲਾ ਬਿਆ ਲੱਭ ਪੋਸੀ ਅੱਬਾ ਕੋ ਨਾ ਮਿਲ ਸੀ ਯਾਨੀ ਮੁੜ ਸੀ ਬਦਲੀ ਰੱਖੋ ਵਾਹ ਮਸ਼ਵਰੇ ਵਾਹ ਸੁੱਟੇ ਆ ਮਗਰਬੀ ਤਹਿਜ਼ੀਬ ਦੀ ਤਲ ਦਾਦਾ ਔਰਤ ਨੂੰ ਅੰਗਰੇਜ਼ ਨੇ ਖਿਲੌਣਾ ਬਣਾਇਆ ਔਰਤ ਨੂੰ ਮਗਰਬ ਨੇ ਜ਼ਲੀਲ ਕੀਤਾ ਹੈ ਔਰਤ ਕੋ ਇੱਜ਼ਤ ਦਿੱਤੀ ਹੈ ਮਦੀਨੇ ਵਾਲੇ ਘੋਟ عطا ਫਰਮਾਇਆ ਚਾਚਾ ਸੁਭਾਨ ਅੱਲਾਹ ਉੱਚੀ ਆਵਾਜ਼ ਨਾਲ ਆਖ ਸੁਭਾਨ ਅੱਲਾਹ ਔਰਤ ਕੋ ਤਹਿਜ਼ੀਬ ਮਗਰਬ ਦੀ ਨਾ ਨੇ ਔਰਤ ਕੋ ਚਾਦਰ ਦੇ ਤੇ ਬੀਬੀ ਫਾਤਿਮਾ ਦੀ ਦੇ ਸੁਭਾਨ ਅੱਲਾਹ ਔਰਤ ਕੋ ਚਾਦਰ ਦੇ ਤੇ ਬੀਬੀ ਜ਼ੈਨਬ ਦੀ ਦੇ ਔਰਤ ਕੋ ਪਰਦਾ ਦੇ ਤੇ ਅੰਮਾ ਖਦੀਜਾ ਕੁਬਰਾ ਦਾ ਨੇ ਅੰਮਾ ਕੋ ਸਬਕ ਪੜ੍ਹਾ ਤੇ ਅੰਮਾ ਆਇਸ਼ਾ ਦਾ ਪੜ੍ਹਾ ਅੱਲਾਹੁ ਅਕਬਰ ਬੀਬੀ ਫਾਤਿਮਾ ਦੀ ਤਾਲੀਮ ਨੇ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਮੁਹੱਬਤ ਕਰਨ ਵਾਲਿਆ ਔਰਤਾਂ ਮਿਹਣੇ ਦਿੱਤੇ ਔਰਤਾਂ ਤਾਨੇ ਦਿੱਤੇ ਔਰਤਾਂ ਜ਼ਲੀਲ ਕੀਤਾ ਤੂੰ ਬੜੀ ਗੰਦੀ ਹੈ ਫਲਾਂ ਗਾਲੀਆਂ ਕੀਤੀਆਂ ਉਹ ਮਾਈ ਰੋਂਦੀ ਬੈਠੀ ਹੈ ਨੀਰ ਬੈਠੀ ਬਹਿੰਦੀ ਹੈ ਰਾਤ ਗੁਜ਼ਰੀਏ ਤੇ ਰੋਂਦੇ ਰੋਂਦੇ ਸੁੰਮ ਗਈਏ ਤੇ ਬਾਬਾ ਸਾਈਂ ਦਾ ਦੀਦਾਰ ਥੀ ਜੰਨਤੀ ਲਿਬਾਸ ਪਾਤਾ ਹੋਏ ਚਾਹ ਚਾਹ ਸੁਭਾਨ ਅੱਲਾਹ ਸਿਰ ਤੇ ਨੂਰੀ ਤਾਜ ਹੈ ਅੱਬਾ ਅੱਬਾ ਬਾਬਾ ਬਾਬਾ ਆ ਕੇ ਮਾਈ ਬਾਬਾ ਸਾਈਂ ਨਾਲ ਲਿਪਟ ਗਈ ਹੈ ਬਾਬਾ ਮੈਂ ਤੁਹਾਡਾ ਦੀਦਾਰ ਨਹੀਂ ਕਰ ਸਕੀ ਬਾਬਾ ਮੈਂ ਤੁਹਾਡੀ ਆਖਰੀ ਜ਼ਿਆਰਤ ਨਾ ਕਰ ਸਕੀ ਬਾਬਾ ਮੈਂ ਤੁਹਾਡੀ ਸ਼ਕਲ ਨਹੀਂ ਦੇਖ ਸਕੀ ਬਾਬਾ ਦਾ ਪੁੱਤਰ ਤੇਰੀ ਵਜ੍ਹਾ ਨਾਲ ਅੱਲਾ ਮੇਰੇ ਸਾਰੇ ਗੁਨਾਹ ਮਾਫ ਫਰਮਾ ਦਿੱਤੇ ਹਨ ਤੂੰ ਮੇਰੀ ਨੇਕ ਧੀ ਹੈ ਚਾਹ ਚਾਹ ਤੂੰ ਮੇਰੀ ਆਪਣੇ ਸ਼ੌਹਰ ਦੀ ਫਰਮਾ ਬਰਦਾਰ ਹੈ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਮੁਹੱਬਤ ਕਰਨ ਵਾਲਿਆ ਅੱਲਾਹੁ ਅਕਬਰ ਅੱਲਾਹੁ ਅਕਬਰ ਜਿਹੜੀ ਔਰਤ ਤੇ ਉਹਦਾ ਘਰ ਵਾਲਾ ਨਾਰਾਜ਼ ਹੈ ਨਾ ਉਹ ਭਾਵੇਂ ਪੂਰੀ ਰਾਤ ਤਹੱਜਦ ਪੜ੍ਹਦੀ ਹੋਵੇ ਉਹਨੇ ਸੱਜੀ ਅੱਲਾਹ ਦੀ ਬਾਰਗਾਹ ਕਬੂਲ ਕਰ ਆਖੋ ਮਰਤਬਾ ਅੱਬੇ ਦਾ ਦਿਆ ਲੈ ਮਰਤਬਾ ਬੋਲੋ ਅੱਬੇ ਸਾਈਂ ਦਾ ਹੁਣ ਕੁਰਾਨ ਸੁਣਾ الرجال قوامون على النساء اللہ فرماندے اسا مرداں کو عورتاں دے اُتے حاکم بنایا ہے سبحان اللہ
आका करीम सल्लल्लाहु अलैहि वसल्लम दे नाल मोहब्बत करन वालिया अल्लाह अकबर सब मिलके पढ़ो मिठो नालो मोहम्मद जो मिठो जिन्हां को अल्लाह जुबान दित्ती पढ़ो मिठो नालो मोहम्मद जो रठण सा दिल थरी थी पे मिठो मिठो नालो मोहम्मद जो वठ अल्लाह अकबर अल्लाह अकबर सारिया नबी ना नबिया को भेजन वाला कौन है चो अल्लाह रसूल को भेजन वाला कौन है अल्लाह ताबा देवन वाला कौन है अल्लाह सहीफे देवन वाला कौन है फरमा मेरे नबी और सहीफे किताबा के मनो मेरे बंदिया को हिदायत का रास्ता दिखाओ अल्लाह अकबर अल्लाह अकबर अल्लाह अकबर अल्लाह शाह रब तू ज्यादा करीब है पर बंदा रब तू दूर है बंदे को करीब कर वास्ते अल्लाह आका करीम सल्लल्लाहु अलैहि वसल्लम मस्जिद नबी शरीफ में बैठन सहाबा किराम दी जमात मौजूद है आका करीम सल्लल्लाहु अलैहि वसल्लम ने फरमाया ए दसाओ अल्लाह दा दीन फैलावना है पैगाम देवना है इदा क्या तरीका है बत परस्ती है शिर्क है कुफर है हर तरफ और बड़े बड़े सरदार जागीरदार सब मुशरिक काफिर है क्या करा साहबा मशवरा लिता सुना ये जितने सरदार हैं इन्हें दी दावत करो क्या करो दावत आका करीम तुम्हारे नाल मोहब्बत करें दें तो गुस्सा दे सोना तमाम सरदार वडेरे चौधरी दौलतमंद पैसे वाले जितने इज्जत वाले हैं इन्हें को दावत दो और इन्हें को दावत दो ये वडे लोग मुसलमान थी गए ते छोटे खुद ब खुद मुसलमान ये है मशवरा चाहे चाहो अच्छा सैयद नूर मुशाह जिनानी साहब हर इंसानी दिमाग च 200 सेल है जैदे 27-30 सेल कम करन ना वो दुनिया दा ज़हीन तरीन इंसान सुभान अल्लाह पर सोने नबी दे सारे सेल कम करन सुभान अल्लाह सोने नबी को कहीं मशवरे दी लोड नहीं बोलो मशवरे दी लोड नहीं जरूरत नहीं प्रॉपर्टी कारोबार जायदाद का मशवरा करना सुन्नत रसूल है अल्लाह का हुक्म है मेरे आका करीम सल्लल्लाहु अलैहि वसल्लम ने फरमाया और मेरे सहाबा दसाओ क्या करूं क्या हिकमत अमली अपनाऊं सोना जितने सरदार है ना सारे को सदो दावत दो वरुण को इस्लाम पेश करो वर दावत तू समझो इना जो जड़े मुसलमान थी गए इस्लाम को डाढ़ी ताकत मिल सी डाढ़ी तकवीयत मिल सी अल्लाह अकबर प्यारे आका करीम सल्लल्लाहु अलैहि वसल्लम ने तमाम सरदारों को दावत भेजी सब ने कबूल आ गए हजूर सल्लल्लाहु अलैहि वसल्लम ने गुलाम को फरमाया आज कहीं मानू नाल मैं मुलाकात को नहीं करनी जेड़ा आवे को इज्जत नाल बनाओ मानी खराओ खिदमत करो पर मुलाकात दी इजाजत नहीं अल्लाह अकबर सुबह इतरा शुरू थे हुजूर सल्लल्लाहु अलैहि वसल्लम ने दीन दा पैगाम दिते हुजूर सल्लल्लाहु अलैहि वसल्लम ने कुरान पढ़ के सुनाए मदीने माने घोट ने अपने फरमोदार मुबारक सुनाए जोहर थी गई है मेरे आका करीम ने नमाज पढ़ी उन्हें नहीं पढ़ी असर दा टाइम थी गए अल्लाह अकबर तवज्जो जल्ले सुबह तमाम सरदारा ने मक्का आए एक नबी ने अंधा है वो भी आ गया कलमा पढ़ने वास्ते लेकिन मुलाकात दी इजाजत नहीं बैठा इंतजार तवज्जो जरा उन सरदारा को मदीने वाले आका खुद दावत देते और एक खुद आया परेशान मेरे आका करीम फारक थी सिंध मैं कलमा पढ़ा शाम थी गई है उन्हें काफरों के नसीब इस्लाम दीन कौन आई अल्लाह करीम ने फरमाया जबरील
بن میرے محبوب کو میرا قرآن سنا. اب اسا بتا اللہ الاعمى مما یدریک لعلہ یزکا. اے میرے محبوب انہ کو چھوڑ گن نبی نے کو سینے نال لا گن. مدینے والے دی محبت ہوئے. جاؤ جاؤ سبحان اللہ. اچھی آواز نال جاؤ سبحان اللہ. اللہ اکبر اللہ اکبر. ابو جہل نے یمن دے گورنر حبیب یمنی کو دعوت دیتی بابا تو آ اے محمد صلی اللہ علیہ وسلم کوئی نوا دین گن کے آگے لوگ جوک کر جوک انہا دین قبول بے کریں دن تو آ انہا نال منادرہ کر انہا نال دو گالی کر. اللہ ساڑے پریشان ہو ساڑے قبیلے والے پریشان ساڑے خاندان والے پریشان سارے دعوت کر گی قبول سارے سردارانے مکہ تھی گیا جمع. ابو جہل دا یاد رکھو بھی میرا آرڈر ہے جیڑے نے محمد صلی اللہ علیہ وسلم آمن نا کھڑا کوئی نہ تھی. احترام کوئی نہ کرے عزت کوئی نہ دے بے لگا جی سردار. اللہ فرمائے جبریل انہ دی کیا جدا تھے کہ میں نے محبوب کو عزت نہ دے بے. کل اللہ عزت والے رسول ہی والے المومنین میرے محبوب انہ کو میرا قرآن سنا عزت اللہ دے واسطے اللہ دے رسول دے واسطے ایمان والیاں دے واسطے ہے وہ عزت کرنی ہے تے مدینے والے گھوڑ دے. اللہ اکبر. دنیا وچ بھی عزت قبر وچ بھی عزت آخرت وچ بھی عزت. فرمایا جبریل جی مولا. فرمایا انکار ایک ایک کافر دے سجے کھبے ایک ایک فرشتہ کھڑا کر جلا میرا محبوب آوے نا انہ اٹھنا تے ہے کوئی نا پر کن کو پکڑ کے کھڑا کر. جبریل علیہ السلام انہیں ایک ایک فرشتہ سجے کھبے کرا کے تو سردار بیٹھن حضور صلی اللہ علیہ وسلم بھی ہیں حضرت سونے ابو بکر صدیق بھی گئے حضرت عمر فاروق رضی اللہ عنہ گئے حضرت عثمان غنی گئے مولا علی پاک گئے حضور صلی اللہ علیہ وسلم دینا صحابہ ہیں جی میں حضور صلی اللہ علیہ وسلم قدم مبارک رکھے سارے کھڑے تھی سب کھڑے تھی گئے. اللہ اکبر. یمن دا گورنر حبیب یمنی آدھا اے محمد صلی اللہ علیہ وسلم تو نوا دین گے نہیں. فرمایا نوا نہیں گے نہیں آدم علیہ السلام تو دین چلے تھے میں ذات محمد مصطفیٰ. اللہ اکبر. اور یمن دا گورنر پتہ کیا دے آدھے میرے ہیں دو سوال. پہلا سوال یہ ہے کہ چند دے کرو نو ٹکڑے مزہ نہیں ہے سب یا تو اتنی مانی کھا دیئے تھے آواز نہیں کرنا یا کل تو کھا دی نہیں کہ لنگر ہو سا میں کہا انہا دیئے نا بابا اسا امریکہ دے ڈالر تے نہیں پل دے اسا نبی دے ٹکڑے آن تے پل دے اسا غوث پاک دے لنگر تے پلن والے ہوں اللہ عبداللہ لنگر گان دے چاو سبحان ہو جو نانا کو سبحان ہو. اللہ اکبر اللہ اکبر. چاندر دے کرو نو ٹکڑے ایک ٹکڑا آوے تو اکو سلام کرے واپس بنے بیا ٹکڑا آوے تو اکو سلام کرے واپس اپنے مقام دے بنے. مدینے والے گھوٹ نے فرمایا بیا سوال کیا ہے اگر نبی ہوئے تو تو سانے سو کیا سوال ہے. نہیں سبی کافر دا بھی عقیدہ ہے نبی جان نبی کو علم ہے میرے دل کیا سوال ہے یہ کافر دا عقیدہ میرے آقا کریم صلی اللہ علیہ وسلم دے نال محبت کرنے والے حضور صلی اللہ علیہ وسلم اشارہ فرمایا چند دے نو ٹکڑے تھی ایک ٹکڑا آئے مدینے والے گھوڑ کو سلامی پیش کی تھی رجا ٹکڑا آئے مدینے والے گھوڑ کو سلامی پیش کی تھی ایک طرح بات ساتھ ون شکت القمر. اللہ اکبر اللہ اکبر. چندر دے نو ٹکڑے تھے اور حبیب جمنی آدھا ہے اے نساؤ ان آپ نے پوچھا اے چندر دا سوال کیوں کی دے فرمایا پہلے نبیان دی بادشاہی دنیا تے ہائی تے نہیں آسمانہ تے بھی ہے
वो तू सच्चा नबी है। अल्लाह हू अकबर। मेरे आका करीम सल्लल्लाहु अलैहि वसल्लम ने फरमाया भैया सवाल क्या है, आदा मैं नहीं दसेंदा तुसा दसाओ, तुसा दसाओ मेरा सवाल क्या है। हे काफिर सवाल क्या है, मदीने वाले घोट ने फरमाया अल्लाह अकबर तेरी एक न्याणी है अखी तू अंधी है सवाल तू गुंगी है कल्ला तू बहरी है ओ हबीब तू बड़े इलाज करवाएं तेरी न्याणी ठीक नहीं थी। अल्लाह अकबर बन मैंने सोने अल्लाह ने तेरी न्याणी को सेहत अता। अल्लाह अकबर अल्लाह अकबर। हबीब यमनी जमन आए दरवाजा खड़काए अंदरू आवाज आई है बाबा कन बाबा सुन वास्ते तरसते हैं हूं दवाई मंगता एक नाई तो मेरी न्याणी न्याणी या पुट रखे बाबा ईमान ना दसो थकावट लादी है या नहीं सुकून आंदा या नहीं भावे मेहनत प्यार करे नो मोहब्बत करे नो बाबा ठहर मैं तड़पई करे नहीं मैं हुने कुंडा खुले नहीं। अल्लाह अकबर बच्चे गुसल कीते कपड़े पहन कपड़े पा के दरवाजा खोले जुबान दे उते सोने नबी दा कलमा जारी है मेरे आका करीम सल्लल्लाहु अलैहि वसल्लम दे नाल मोहब्बत करन वालिया पढ़दी ला इलाहा इल्लल्लाह मुहम्मदुर रसूलुल्लाह सल्लल्लाहु अलैहि वसल्लम यमन दा गवर्नर आ गए ओ मेरा पुत्र मेरा बचना मैं नहीं थी एक कलमा तेरी जुबान ते कीवें जारी है आदिए बाबा जाए ते को उठे कलमा पढ़ाया ओ मैं को घर विच कर मिठो नालो मोहम्मद जो मिठो नालो मोहम्मद जो वतन साथ करी थी को झोली मोहजी अरे काली झोली भरिया रसूल अल्लाह झोली मोहजी अरे काली झोली भरिया रसूल अल्लाह ना है ताकत मुमे माली सिगो रसूल अल्लाह प्यारे आका करीम सल्लल्लाहु अलैहि वसल्लम की खिदमत में यहूदी खदियां उगण फल चावण फल पक्कण फल खासू दे मुसलमान थे सुभान अल्लाह अल्लाह खदी वाहिद रखते जेड़ा देर नाल आका करीम सल्लल्लाहु अलैहि वसल्लम ने फरमाया चलो बाग हुण जा लेंदे सुभान अल्लाह सुभान अल्लाह सुभान अल्लाह सहाबा गण बाहर मदीने विच गए कोई सहाबा टोए वदा खटे ने कोई पानी लेना वदा मदीने वाले घोट हुंदे विच खजूरा दी गुठरियां वदे सटे ने अल्लाह अकबर अल्लाह अकबर मिट्टी पा के दुआ मांग के मदीने वाले आका घर आ गए ते सुबह नमाज दे टाइम ते मस्जिद नबवी दे बाहर बोलन दी आवाज है सुभान अल्लाह मानु गलाए दे मेरे आका करीम ने फरमाया बिलाल लबैक या रसूल अल्लाह कौन है आज दादा शोर है आका सारे यहूदी इकट्ठे हैं सुभान अल्लाह ने फरमाया पूछो क्या मसला है साईं बाग देखन आए सुभान अल्लाह पिंड खमन आए खजूरा खमन आए मेरे आका करीम सल्लल्लाहु अलैहि वसल्लम ने नमाज पढ़ाई है नमाज पढ़ा के सहाबा को नाल किदा है अल्लाह अकबर तवज्जो हुजूर सल्लल्लाहु अलैहि वसल्लम ने जले गुठलियां जमीन च छटियां बाग लाया ना यहूदिया ने सारिया गुठलियां कट दी सुभान अल्लाह सुभान अल्लाह सारे यहूदी जमीन पे फेंक के बाबा मारो हाथ जमीन से कढो ना गुठलियां हो से ना बाप अल्लाह हू अकबर
سب نے گٹھلیاں کٹ کے سردار صاحب کو دے دیتیاں سردار نے اپنے کیسٹ گھتیاں آ کر کے کھڑوں دے اے محمد صلی اللہ علیہ وسلم ساکو باغ تا دکھا کی میں باغ دیا رہے حضور صلی اللہ علیہ وسلم دے لے صحابہ کو گھن کے آئے نہ تے باغ دیا رہے پنڈ بھی تیار ہے کھجورا پکیاں ہوئی ہیں ہم انہوں نے منہ جا گیا پانی آقا کریم صلی اللہ علیہ وسلم نے فرمایا بھائی اتنے چڑھ ایک بہترین گچھا توڑ اور کھجورا پہلے دے سردار کو لیتیا فرمایا کھا ایک کھجور کھا دی گٹھلی نہیں دوجی کھا دی گٹھلی نہیں تریجی کھا دی گٹھلی نہیں حیرت نال آ دے اینڈے وچ تے گٹھلی ہی کوئی نہیں فرمایا ساریاں تے دے کھیسے وچ ہیں میرے آقا کریم صلی اللہ علیہ وسلم دلال محبت کرنے والے سینے دا زور لا کے آ کے عزت کہنے واسطے ہے اللہ کہنے واسطے اللہ واسطے بولو اللہ واسطے اللہ دے رسول واسطے ایمان والے واسطے غریب دا بال ہے حافظ قرآن بنے قاری قرآن بنے امیر دا بال ہے آکسفورڈ یونیورسٹی وچ پڑھ کے آئے لکھاں روپیہ فیس بھری ہے ڈاکٹر بن کے آئے انجینئر بن کے آئے پائلٹ بن کے آئے دنیا دا بڑا ماہر بن کے آ گئے اللہ اکبر گوٹھ والی مسجد وچ آئے تے مصلی تے غریب دا بال کھڑو سی سبحان اللہ جڑا حافظ قرآن سبحان اللہ بولو حافظ چاہو چاہو حافظ حافظ قرآن غریب دا بال ہے جے روٹیاں پن کے فقر والی مانی کھا کے قرآن حفظ کیتا ہے اللہ اکبر انہوں نے پڑھ کے دی حدیث انہیں پڑھیاں جناب کتاباں بن گئے عالم وقت دا بادشاہ بھی تلے بیٹھے عالم سونے نبی دے منبر تے بیٹھے سبحان اللہ عزت اللہ واسطے بولو عزت اور اللہ دے رسول واسطے اور ایمان والے واسطے بولو ایمان اللہ اکبر ایک عزت وہ ہے جڑی منصب نال ملدی ہے ایک عزت وہ ہوندی ہے جڑی دولت نال ملدی ہے ایک عزت وہ ہوندی ہے جڑی اقتدار نال ملدی ہے اوے عزت جناب اقتدار گیا عزت گئی دولت گئی عزت گئی پیسہ گیا عزت گئی منصب گیا عزت گئی ایک عزت وہ ہوندی ہے جڑا مدینے والا گھوٹ عطا سبحان اللہ سبحان اللہ تو سارے ڈٹا کہ ایک وقت ہوندا ہے بادشاہ کلاشنا دے سائے وچ بندا پیا ہر طرف رینجر پولیس جماعت پورے رستے نوں جناب الگ چلک کے وزیر اعظم صاحب صدر پاکستان صاحب بندے پے ایک وقت ہوندا ہے بندوقاں دی نوک تے جیل وچ بندے سبحان اللہ سبحان اللہ یہ دنیا دی عزت عارضی ہے مدینے والے دی غلامی عزت آخرت بھی ہے قبر سبحان اللہ تکو اللہ دے گھر وچ پنج دفعہ آواز آنا سبحان اللہ کتنی دفعہ چاہو اللہ اکبر اللہ اکبر اللہ اکبر اللہ اکبر اشہد ان لا الہ الا اللہ اشہد ان لا الہ الا اللہ اشہد ان محمد رسول اللہ اشہد ان محمد رسول اللہ حی علی الصلاۃ کیا مانا ہے کامیابی نماز ہے آؤ نماز حی علی الفلاح آؤ کامیابی دی طرف اللہ کریم دا پیغام ہے او میرے بندے ہو کامیابی چاہتے ہو میری بارگاہ وچ سجدہ کر تہاڈا کم میں کامیابی دے سبحان اللہ اکبر اللہ کی مفت عطا فرمائیں کن مفت عطا فرمائیں دماغ مفت عطا فرمائیں صحت مفت عطا فرمائیے صحت دی قدر پوچھنی ائی ہسپتال دا منٹے وزٹ کر دماغ دی قدر پوچھنی ائی پاگل خانے دا وزٹ کر آزادی دی قدر پوچھنی ائی جیل وچ منٹے قیدیاں گڈیک اللہ اکبر صحت دی قدر پوچھنی ائی آ ہسپتالاں دا وزٹ کر اللہ اکبر اللہ کریم نے ساری نعمت عطا فرمائی اور فرمایا بندے سجدہ کرن تیدا کام ہے جھکن تیدا کام ہے نماز پڑھن تیدا کام ہے گناہ معاف کر دے گناہ میرا کام ہے میرے آقا کریم صلی اللہ علیہ وسلم دے نال محبت کر